ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਹਲਕੀ ਖੰਘ ਅਤੇ ਜ਼ੁਕਾਮ ਹੋਣ ਤੇ ਹੀ ਦਵਾਈ ਦੇ ਰਹੇ ਹੋ ਤਾਂ ਹੋ ਜਾਓ ਸਾਵਧਾਨ, ਕਿਉਂਕਿ ਇਹ ਤੁਹਾਡੇ ਬੱਚੇ ਦੀ ਜਾਨ ਲੈ ਸਕਦੀ ਹੈ। ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਹਲਕੀ ਖੰਘ ਅਤੇ ਜ਼ੁਕਾਮ ਹੋਣ ਤੇ 5 ਸਾਲ ਦੇ ਬੱਚੇ ਨੂੰ ਇੱਕ ਪ੍ਰਾਈਵੇਟ ਡਾਕਟਰ ਨੇ ਦਵਾਈ ਦਿੱਤੀ। ਦਵਾਈ ਪੀਣ ਤੋਂ ਬਾਅਦ ਬੱਚਾ ਉਲਟੀਆਂ ਕਰਨ ਲੱਗ ਗਿਆ, ਸਿਹਤ ਜ਼ਿਆਦਾ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਟੈਸਟ ਕਰਨ ਤੇ ਪਤਾ ਲੱਗਿਆ ਕਿ ਬੱਚੇ ਦੇ ਲੀਵਰ ਅਤੇ ਕਿਡਨੀ 'ਚ ਇਨਫੈਕਸ਼ਨ ਹੋ ਗਈ ਹੈ ਅਤੇ ਟਾਈਫਾਇਡ ਹੋਣ ਕਾਰਨ ਉਸਦੇ ਸੈੱਲ ਵੀ ਘੱਟ ਗਏ। ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਭੀੜ ਹੋਣ ਕਾਰਨ ਪਰਿਵਾਰਕ ਮੈਂਬਰ ਬੱਚੇ ਨੂੰ ਸੈਕਟਰ 32 ਸਥਿਤ ਐਮਰਜੈਂਸੀ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਇਲਾਜ ਦੌਰਾਨ ਉਸ ਨੂੰ 2 ਵਾਰ ਦਿਲ ਦਾ ਦੌਰਾ ਪੈ ਗਿਆ ਤੇ ਬੱਚਾ ਕੋਮਾ 'ਚ ਚਲਿਆ ਗਿਆ। ਬੱਚਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਅਵਤਾਰ ਸਿੰਘ ਵਾਸੀ ਨਸ਼ਹਿਰਾ ਦਾ ਰਹਿਣ ਵਾਲਾ ਹੈ। 26/2 ਨੂੰ ਸਾਡੇ ਕੋਲ ਇੱਥੋਂ ਤਲਾਹ ਆਈ ਸੀ GMC 32 ਸੈਕਟਰ ਤੋਂ। ਇਹਦਾ ਲੜਕਾ ਸਰਬਜੀਤ ਸਿੰਘ ਉਮਰ ਕਰੀਬ 5 ਸਾਲ ਜਿਹੜਾ ਐਡਮਿਟ ਸੀ ਉੱਥੇ ਜਾ ਕੇ, ਫਿਰ ਇਹਨੇ ਬਿਆਨ ਲਿਖਾਇਆ ਵੀ ਇਹਨੇ 6/2 ਨੂੰ ਇਹਦਾ ਲੜਕਾ ਜਿਹੜਾ ਸੀ ਬਿਮਾਰ ਹੋਇਆ ਸੀ। ਇਹਨੇ ਇੱਥੇ ਡਾਕਟਰ ਗਰਜਾ ਸਿੰਘ ਹੈਗਾ ਘੱਗਰ ਸਰਾਏ, ਇਹਦੇ 'ਤੇ ਇਹਨੇ ਦਵਾਈ ਲਈ ਸੀ। ਉਹ ਦਵਾਈ ਫਿਰ 6 ਨੂੰ ਠੀਕ ਨਹੀਂ ਹੋਇਆ, 7 ਤਰੀਕ ਨੂੰ ਫਿਰ ਇਹਨੇ ਦਵਾਈ ਲਈ ਤਾਂ ਉਹ ਬੱਚੇ ਦੀ ਜਿਹੜੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਫਿਰ ਇਹ ਡਾਕਟਰ ਦਿਨੇਸ਼ ਰਾਜਪੁਰ ਬੱਚਿਆਂ ਸਪੈਸ਼ਲ ਉਹਦੇ ਕੋਲ ਲੈ ਗਿਆ। ਉਹਨਾਂ ਜਦੋਂ ਟੈਸਟ ਵਗੈਰਾ ਦੇਖੇ ਤਾਂ ਬੱਚਾ ਸੀਰੀਅਸ ਸੀ, ਫਿਰ ਇਹਨੂੰ ਇਹਨਾਂ ਨੇ ਰੈਫਰ ਕਰਤਾ 32 ਸੈਕਟਰ GMC ਚੰਡੀਗੜ੍ਹ। ਉੱਥੋਂ ਫਿਰ ਅਸੀਂ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਤਾਂ ਉਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੀ ਡਾਕਟਰ ਗਰਜਾ ਸਿੰਘ ਅਤੇ ਉਹਦੇ ਲੜਕੇ ਕੁਲਵਿੰਦਰ ਸਿੰਘ ਨੇ ਦਵਾਈ ਦਿੱਤੀ, ਉਹ ਦਵਾਈ ਨਾਲ ਇਹਨੂੰ ਰਿਐਕਸ਼ਨ ਹੋਈ, ਰਿਐਕਸ਼ਨ ਕਰਕੇ ਇਹਦੀਆਂ ਜਿਹੜੀ ਕਿਡਨੀਆਂ ਅਤੇ ਜਿਹੜਾ ਕਿਡਨੀਆਂ ਫੇਲ ਹੋਈਆਂ। ਡਾਕਟਰ ਗਰਜਾ ਸਿੰਘ ਅਤੇ ਜਿਹੜਾ ਉਹਦਾ ਬੇਟਾ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਪਹਿਲਾਂ ਫਸਟ ਦਵਾਈ ਦਿੱਤੀ ਸੀ ਉਹਨਾਂ ਦੇ ਖਿਲਾਫ਼ ਅਸੀਂ ਰਜਿਸਟਰ ਕੀਤਾ ਕੇਸ। ਬਾਕੀ ਤਫਤੀਸ਼ ਦੌਰਾਨ ਜੋ ਵੀ ਅੱਗੇ ਆਏਗਾ ਫਿਰ ਅਸੀਂ ਉਹਦੀ ਦੁਕਾਨ ਬੰਦ ਹੀ ਅਸੀਂ ਰੇਡ ਕੀਤੀ ਸੀ, ਉਹ ਦੁਕਾਨ ਬੰਦ ਕਰਕੇ ਆਪਣਾ ਥਾਣਾ ਸ਼ੱਭੂ ਦੇ ASI ਮੋਹਰ ਸਿੰਘ ਨੇ ਦੱਸਿਆ ਕਿ PGI ਦੇ ਡਾਕਟਰਾਂ ਦੇ ਨਿਰਦੇਸ਼ਾਂ ਤੇ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਡਾਕਟਰ ਅਤੇ ਉਸਦੇ ਬੇਟੇ ਤੇ ਕੇਸ ਦਰਜ ਕਰ ਲਿਆ ਹੈ। ਦੋਵੇਂ ਫਰਾਰ ਦੱਸੇ ਜਾ ਰਹੇ ਹਨ।